हेलो गाइस, सो एक बहुत ਤੁਹਾਡੇ ਸਾਰਿਆਂ ਦਾ ਕਾਫੀ ਲੋਕਾਂ ਨੇ ਮੈਨੂੰ ਕੁਐਸਚਨ ਕਰਨੇ ਸ਼ੁਰੂ ਕਰਤੇ ਸੀ ਕਿ ਜਦੋਂ ਵੀ ਮੈਂ ਕੈਨੇਡਾ ਆਇਆ ਵੀ ਤੁਸੀਂ ਵੈਨਕੂਵਰ ਕਿਉਂ ਚੁਣਿਆ, ਟੋਰਾਂਟੋ ਜਾਂ ਬ੍ਰੈਂਪਟਨ ਤੁਸੀਂ ਕਿਉਂ ਨਹੀਂ ਗਏ? ਤਾਂ ਇਹਦੇ ਵਿੱਚ ਕਈ ਸਾਰੇ ਕਾਰਨ ਹੈਗੇ ਆ, ਠੀਕ ਹੈ? ਅਤੇ ਸਭ ਤੋਂ ਉਹ ਹੀ ਮੈਂ ਸਾਰੇ ਕਾਰਨ ਜਿਹੜੇ ਹੈਗੇ ਉਹ ਇਸ ਵੀਡੀਓ ਦੇ ਵਿੱਚ ਮੈਂ ਦੱਸ ਰਿਹਾ। ਜਿਹੜਾ ਸਭ ਤੋਂ ਪਹਿਲਾ ਕਾਰਨ ਹੈਗਾ ਉਹ ਇਹ ਹੈ ਵੀ ਤੁਸੀਂ ਜੇਕਰ ਵੈਨਕੂਵਰ ਆਓ ਨਾ, ਤਾਂ ਤੁਹਾਨੂੰ ਅਸਲੀ ਜਿਹੜਾ ਸਮੁੰਦਰ ਹੈਗਾ, ਅਸਲੀ ਬੀਚ ਜਿਹੜੇ ਹੈਗੇ ਆ ਉਹ ਦੇਖਣ ਨੂੰ ਮਿਲਦੇ ਆ। ਐਂਡ ਇਫ ਵੀ ਗੋ ਇਨ ਟੋਰਾਂਟੋ ਜਾਂ ਬ੍ਰੈਂਪਟਨ, ਉੱਥੇ ਤੁਹਾਨੂੰ ਸਿਰਫ ਲੇਕ ਬੀਚਸ ਮਿਲਣਗੇ, ਤੁਹਾਨੂੰ ਕੋਈ ਵੀ ਅਸਲੀ ਸਮੁੰਦਰ ਜਿਹੜਾ ਹੈਗਾ ਉਹ ਨਹੀਂ ਮਿਲਣਾ। ਓਕੇ, ਇੱਕ ਹੋਰ ਜਿਹੜਾ ਨੈਕਸਟ ਡਿਸਾਈਡਿੰਗ ਫੈਕਟਰ ਹੈਗਾ, ਦੈਟ ਇਜ਼ ਸਨੋਅ। ਸਨੋਅ ਜਿਹੜੀ ਹੈਗੀ ਆ ਟੋਰਾਂਟੋ ਦੇ ਵਿੱਚ ਐਜ਼ ਕੰਪੇਅਰ ਟੂ ਵੈਨਕੂਵਰ ਜ਼ਿਆਦਾ ਪੈਂਦੀ ਹੈ। ਸੋ ਜ਼ਿਆਦਾ ਤੁਹਾਨੂੰ ਫਿਰ ਆਪਦੀ ਗੱਡੀ ਸਾਫ਼ ਕਰਨੀ ਪੈਂਦੀ ਹੈ, ਜ਼ਿਆਦਾ ਸਨੋਅ ਸਾਈਡ 'ਤੇ ਹਟਾਉਣੀ ਪੈਂਦੀ ਹੈ, ਹੈ ਨਾ। ਵੈਨਕੂਵਰ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਕੋਰਡਿੰਗ ਟੂ ਦਾ ਜੋ ਵੀ ਡੇਟਾ ਹੈਗਾ ਏਅਰਪੋਰਟਸ ਦੇ ਉੱਪਰ, ਤਾਂ ਇੱਕ ਸਾਲ ਦੇ ਵਿੱਚ ਐਵਰੇਜ 8 ਤੋਂ 10 ਦਿਨ ਹੀ ਸਨੋਅ ਪੈਂਦੀ ਹੈਗੀ, ਇਸ ਤੋਂ ਜ਼ਿਆਦਾ ਸਨੋਅ ਪੈਂਦੀ ਹੀ ਨਹੀਂ। ਸੋ ਇਟ ਇਜ਼ ਮੱਚ ਮੋਰ ਬੈਟਰ, ਠੀਕ ਹੈ, ਤੁਹਾਨੂੰ ਜ਼ਿਆਦਾ ਸਨੋਅ ਵੀ ਨਹੀਂ ਹਟਾਉਣੀ ਪੈਂਦੀ ਹੈਗੀ। ਤਾਂ ਇੰਨੇ ਕੁ ਦਿਨ ਤਾਂ ਯਾਰ ਬੰਦਾ ਸ਼ਿਮਲਾ ਵਗੈਰਾ ਘੁੰਮਿਆ ਆਉਂਦਾ ਹੁੰਦਾ ਸੀਗਾ ਇੰਡੀਆ 'ਚ, ਠੀਕ ਹੈ। ਸੋ ਦਿਸ ਇਜ਼ ਅਨਦਰ ਥਿੰਗ। ਨੈਕਸਟ ਜਿਹੜੀ ਚੀਜ਼ ਆ ਜਾਂਦੀ ਹੈਗੀ ਆ, ਬਹੁਤ ਇੰਪੋਰਟੈਂਟ ਹੈ ਜਦੋਂ ਵੀ ਆਪਾਂ ਪਾਰਟ ਟਾਈਮ ਜੋਬਸ ਕਰਦੇ ਹੈਗੇ, ਹੈ ਨਾ। ਤਾਂ ਉਹਦੇ ਵਿੱਚ ਇਹ ਆ ਕਿ ਇੱਥੇ ਮਿਨੀਮਮ ਵੇਜਿਸ ਜ਼ਿਆਦਾ ਆ। ਜੇਕਰ ਤੁਸੀਂ ਕੋਈ ਵੀ ਐਂਟਰੀ ਲੈਵਲ ਜੋਬ ਵੀ ਚੂਜ਼ ਕਰਦੇ ਹੋ, ਤਾਂ ਵੈਨਕੂਵਰ ਦੇ ਵਿੱਚ ਯੂ ਵਿਲ ਗੈਟ 15-20, ਐਂਡ ਇਫ ਯੂ ਗੋ ਇਨ ਟੋਰਾਂਟੋ ਦੈਨ ਇਟ ਆਈ ਥਿੰਕ ਦੈਟ ਇਜ਼ 14-50 ਦੇ ਕਰੀਬ ਹੈਗਾ। ਅਨਦਰ ਫੈਕਟਰ ਆ ਜਾਂਦੇ ਹੈਗੇ, ਦੋ ਤਰ੍ਹਾਂ ਦੇ ਟੈਕਸ ਜਿਹੜੇ ਹਰੇਕ ਨੂੰ ਦੇਣੇ ਪੈਂਦੇ, ਚਾਹੇ ਉਹ ਟੋਰਾਂਟੋ ਹੈ ਚਾਹੇ ਉਹ ਵੈਨਕੂਵਰ। ਤਾਂ ਜਿਹੜਾ ਪਹਿਲਾ ਹੈਗਾ, ਦੈਟ ਇਜ਼ ਸੇਲਸ ਟੈਕਸ। ਤੁਸੀਂ ਕੋਈ ਵੀ ਚੀਜ਼ ਪਰਚੇਜ਼ ਕਰਦੇ ਹੋ ਤਾਂ ਫਿਰ ਟੋਰਾਂਟੋ ਦੇ ਵਿੱਚ ਜਾਂ ਅੰਟਾਰੀਆ ਦੇ ਵਿੱਚ ਤੁਹਾਨੂੰ 13% ਟੈਕਸ ਦੇਣਾ ਪੈਂਦਾ, ਬਟ ਇੱਥੇ ਤੁਹਾਨੂੰ ਸਿਰਫ 12% ਦੇਣਾ ਪੈਂਦਾ। ਅਤੇ ਜੇਕਰ ਤੁਸੀਂ ਕੋਈ ਜ਼ਿਆਦਾ ਸ਼ੋਪਿੰਗ ਕਰਨੀ ਹੈਗੀ, ਅਲਬਰਟਾ ਨਜ਼ਦੀਕ ਹੀ ਆ, ਉੱਥੇ ਤੁਸੀਂ ਜਾ ਕੇ ਕਾਫੀ ਸਾਰੀ ਸ਼ੋਪਿੰਗ ਕਰ ਸਕਦੇ, ਉੱਥੇ ਤੁਹਾਨੂੰ ਸਿਰਫ 5% ਸੇਲਸ ਟੈਕਸ ਲੱਗੇਗਾ। ਅਤੇ ਇੱਕ ਹੋਰ ਜਿਹੜਾ ਟੈਕਸੇਬਲ ਫੈਕਟਰ ਹੈਗਾ, ਦੈਟ ਇਜ਼ ਤੁਹਾਡਾ ਇਨਕਮ ਟੈਕਸ ਦਾ ਫੈਕਟਰ। 15% ਤਾਂ ਤੁਹਾਨੂੰ ਸੈਂਟਰਲ ਗਵਰਨਮੈਂਟ ਨੂੰ ਦੇਣਾ ਹੀ ਪਏਗਾ, ਠੀਕ ਹੈ। ਉਹਦੇ ਡਿਫਰੈਂਟ ਪੈਰਾਮੀਟਰਸ ਹੈਗੇ ਆ, ਜਿਹੜਾ ਕੋਈ ਵੀ ਫਸਟ 49,000 ਤੁਸੀਂ ਕਮਾਉਂਦੇ ਹੋ, ਉਹਦੇ ਉੱਪਰ ਸੈਂਟਰਲ ਜਾਂ ਫੈਡਰਲ ਗਵਰਨਮੈਂਟ ਨੇ 15% ਤਾਂ ਲਗਾਉਣਾ ਹੀ ਲਗਾਉਣਾ। ਅਤੇ ਨੈਕਸਟ ਜਿਹੜਾ 49,000 ਹੋਏਗਾ, ਉਹਦੇ ਉੱਪਰ 20% ਟੈਕਸ ਲੱਗੇਗਾ ਹੀ ਲੱਗੇਗਾ, ਠੀਕ ਹੈ। ਅਤੇ ਕੈਨੇਡਾ ਦਾ ਇਹ ਸਿਸਟਮ ਹੈ ਕਿ ਉੱਥੇ ਪ੍ਰੋਵਿੰਸਿਸ ਅਲੱਗ ਤੋਂ ਟੈਕਸ ਲਗਾਉਂਦੀਆਂ ਨੇ, ਅਤੇ 42,000 ਟੈਕਸ ਤੱਕ ਜਿਹੜਾ ਟੈਕਸ ਹੈਗਾ BC ਦੇ ਵਿੱਚ, ਦੈਟ ਇਜ਼ ਜਸਟ 5%, ਐਂਡ ਨੈਕਸਟ 42,000 ਤੱਕ ਉਹ 7.7% ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਕਿ ਅੰਟਾਰੀਓ ਦੀ, ਸੋ ਫਸਟ 45,000 ਦੇ ਵਿੱਚ ਉੱਪਰ ਯੂ ਵਿਲ ਹੈਵ ਟੂ ਪੇ 5.05%, ਐਂਡ ਨੈਕਸਟ 45,000 ਦੇ ਉੱਪਰ ਅਗੇਨ 9.15%, ਅਤੇ ਉਸ ਤੋਂ ਬਾਅਦ ਦੀ ਸਲੈਬ ਜਿਹੜੀ ਆ ਉਹ ਜ਼ਿਆਦਾ ਟੈਕਸਿਸ ਵਾਲੀ ਹੈਗੀ ਆ ਐਜ਼ ਕੰਪੇਅਰਡ ਟੂ BC, ਠੀਕ ਹੈ। ਸੋ ਦੀਜ਼ ਵਰ ਦਾ ਰੀਜ਼ਨਸ ਵਾਈ ਆਈ ਚੋਜ਼ ਵੈਨਕੂਵਰ ਓਵਰ ਟੋਰਾਂਟੋ। ਐਂਡ ਫਾਈਨਲੀ ਲਾਸਟ ਜਿਹੜਾ ਮੇਰਾ ਰੀਜ਼ਨ ਸੀਗਾ ਵਾਈ ਆਈ ਚੂਜ਼ ਵੈਨਕੂਵਰ, ਬਿਕੋਜ਼ ਮੇਰੇ ਕਜ਼ਨਸ ਇੱਥੇ ਸੀਗੇ, ਠੀਕ ਹੈ। ਸੋ ਇਹਨਾਂ ਕਾਰਨਾਂ ਕਰਕੇ ਹੀ ਮੈਂ ਆਇਆ ਹੈਗਾ ਵੈਨਕੂਵਰ, ਜਾਂ ਕਹਿ ਲਓ ਸਰੀ ਦੇ ਵਿੱਚ, ਹਾਲਾਂਕਿ ਮੇਰੇ ਰਿਸ਼ਤੇਦਾਰ ਬ੍ਰੈਂਪਟਨ ਵੀ ਹੈ, ਬਟ ਦਿਸ ਇਜ਼ ਦਾ ਮੋਰ ਡਿਸਾਈਡਿੰਗ ਫੈਕਟਰ। ਓਕੇ, ਸੋ ਦੈਟਸ ਆਲ ਫੋਰ ਰਾਈਟ ਨਾਓ। ਥੈਂਕ ਯੂ।